ਪੰਜਾਬੀ ਵਿਸ਼ੇ ਨਾਲ ਜੁੜੇ ਹੋਏ ਹਰ ਸਿੱਖਿਆਰਥੀ ਦਾ ਜੀਨੀਅਸ ਸਟੱਡੀ ਹੱਬ ਚੈਨਲ ਨਿੱਘਾ ਸਵਾਗਤ ਕਰਦਾ ਹੈ। ਸੋ ਉਹਨਾਂ ਵਿਦਿਆਰਥੀਆਂ ਲਈ ਇੱਕ ਛੋਟੀ ਜੀ ਸਾਡੇ ਵੱਲੋਂ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ ਕਿ ਬੱਚੇ ਜੋ ਪੰਜਾਬੀ ਵਿਸ਼ੇ ਦੀ ਤਿਆਰੀ ਕਰ ਰਹੇ ਨੇ, ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਨੇ ਜਾਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ, ਉਹਨਾਂ ਦੀਆਂ ਜਿਹੜੀਆਂ ਮੁਫਤ ਕਲਾਸਾਂ ਇਸ ਚੈਨਲ ਦੇ ਉੱਪਰ ਕਰਵਾਈਆਂ ਜਾਣ ਅਤੇ ਸਾਰਾ ਵਿਸ਼ਾ ਜਿਹੜਾ ਉਹਨਾਂ ਨੂੰ ਕਰਵਾਇਆ ਜਾਊਗਾ ਉਹ ਸੰਖੇਪ ਦੇ ਵਿੱਚ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਉਸ ਵਿਸ਼ੇ ਦੇ ਵਿੱਚ ਕਿਤੇ ਹੋਰ ਜਾਣ ਦੀ ਜ਼ਰੂਰਤ ਨਾ ਪਵੇ ਅਤੇ ਉਹ ਆਪਣੇ ਨਾਲ ਜੁੜੀ ਹੋਈ ਸਾਰੀ ਜਾਣਕਾਰੀ ਇੱਥੋਂ ਪ੍ਰਾਪਤ ਕਰ ਸਕਣ। ਸੋ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਨਾਟਕਕਾਰ ਜੋ ਕਿ ਪਹਿਲੇ ਦੌਰ ਦੇ ਵਿੱਚ ਰਹੇ ਨੇ ਅਤੇ ਕਾਫੀ ਜ਼ਿਆਦਾ ਸਿਲੇਬਸ ਦਾ ਪਾਰਟ ਰਹਿੰਦੇ ਨੇ ਅਕਸਰ, ਤਾਂ ਉਹਨਾਂ ਬਾਰੇ ਡਿਟੇਲ ਵਿੱਚ ਪੜ੍ਹਾਂਗੇ। ਸਾਰਿਆਂ ਨੂੰ ਰਿਕੁਐਸਟ ਹੈ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਆਪਣੇ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਹਾਨੂੰ ਮਾਸਟਰ ਕੇਡਰ ਪੰਜਾਬੀ ਵਿਸ਼ੇ ਇਲੈਕਟਿਵ ਦੀ ਹਰ ਤਰ੍ਹਾਂ ਦੀ ਵੀਡੀਓ ਸੰਖੇਪ ਵਿੱਚ ਇਸ ਚੈਨਲ ਤੋਂ ਪ੍ਰਾਪਤ ਹੋ ਸਕੇ ਅਤੇ ਤੁਹਾਨੂੰ ਆਸਾਨੀ ਦੇ ਨਾਲ ਟੈਸਟ ਦੀ ਜੋ ਵੀ ਤੁਸੀਂ ਤਿਆਰੀ ਕਰ ਰਹੇ ਹੋ ਤੁਸੀਂ ਇਸ ਚੈਨਲ ਰਾਹੀਂ ਕਰ ਸਕੋ। ਸੋ ਸ਼ੁਰੂ ਕਰਦੇ ਹਾਂ ਪਹਿਲੇ ਦੌਰ ਦੇ ਪੰਜਾਬੀ ਨਾਟਕਕਾਰ। ਆਧੁਨਿਕ ਪੰਜਾਬੀ ਨਾਟਕ ਦਾ ਜੇ ਆਪਾਂ ਜਨਮ ਦੀ ਗੱਲ ਕਰੀਏ ਤਾਂ 1913 ਈਸਵੀ ਦੇ ਵਿੱਚ ਈਸ਼ਵਰ ਚੰਦਰ ਨੰਦਾ ਦੇ ਇਕਾਂਗੀ ਸੁਹਾਗ ਨਾਲ ਮੰਨਿਆ ਜਾਂਦਾ ਹੈ। ਤਾਂ ਪਹਿਲੀ ਲਾਈਨ ਦੇ ਵਿੱਚ ਹੀ ਤੁਹਾਡੇ ਦੋ ਕੁਐਸਚਨ ਬਣ ਗਏ ਕਿ ਆਧੁਨਿਕ ਪੰਜਾਬੀ ਨਾਟਕ ਦਾ ਜਨਮ 1913 ਦੇ ਵਿੱਚ ਹੋਇਆ, ਕਿਹਨਾਂ ਦੇ ਇਕਾਂਗੀ ਦੇ ਨਾਲ? ਸੁਹਾਗ ਜੋ ਕਿ ਈਸ਼ਵਰ ਚੰਦਰ ਨੰਦਾ ਦਾ ਲਿਖਿਆ ਹੋਇਆ। ਸੁਹਾਗ ਇਕਾਂਗੀ ਦਾ ਪਹਿਲਾ ਨਾਂ ਦੁਲਹਨ ਸੀ। ਸੁਹਾਗ ਆਧੁਨਿਕ ਤਕਨੀਕ ਹੈ ਜਿਹੜੀ ਉਸਦੇ ਉੱਪਰ ਜਿਹੜਾ ਲਿਖਿਆ ਹੋਇਆ ਹੈ ਅਤੇ ਸਟੇਜ ਉੱਤੇ ਸਫਲਤਾ ਸਹਿਤ ਖੇਡੇ ਜਾਣ 'ਤੇ ਯਥਾਰਥਕ ਸ਼ੈਲੀ ਕਾਰਨ ਇਹ ਪੰਜਾਬੀ ਦਾ ਨਾਟਕ ਜੋ ਕਿ ਪਹਿਲਾ ਇਕਾਂਗੀ ਅਤੇ ਇਹਦੀ ਜਿਹੜੀ ਨਾਟਕ ਦੀ ਜਨਮ ਹੈ ਅਤੇ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀ ਸ਼ਖਸੀਅਤ ਨੋਰਾ ਰਿਚਰਡ ਹੈ ਉਹਨਾਂ ਦਾ ਵੀ ਬਹੁਤ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਪ੍ਰੇਰਨਾ ਉਹ ਬਣੇ ਨੇ ਈਸ਼ਵਰ ਚੰਦਰ ਨੰਦਾ ਦੇ ਲਈ ਜੋ ਕਿ ਉਹਨਾਂ ਦੇ ਅਧਿਆਪਕ ਸਨ। ਅਤੇ ਪੰਜਾਬੀ ਦੇ ਵਿੱਚ ਯਥਾਰਥਵਾਦੀ ਨਾਟਕ ਸਿਰਜਣ ਦਾ ਪ੍ਰਮੁੱਖ ਜਿਹੜਾ ਪ੍ਰੇਰਨਾ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਭੂਮਿਕਾ ਨਿਭਾਈ ਹੈ ਈਸ਼ਵਰ ਚੰਦਰ ਨੰਦਾ ਲਈ। ਸੋ ਹੁਣ ਆਪਾਂ ਪ੍ਰਮੁੱਖ ਨਾਟਕਕਾਰ ਈਸ਼ਵਰ ਚੰਦਰ ਨੰਦਾ, ਗੁਰਬਖਸ਼ ਸਿੰਘ ਪ੍ਰੀਤਲੜੀ, ਡਾਕਟਰ ਹਰਚਰਨ ਸਿੰਘ, ਪ੍ਰੋਫੈਸਰ ਸੰਤ ਸਿੰਘ ਸੇਖੋ ਅਤੇ ਬਲਵੰਤ ਗਾਰਗੀ ਦੇ ਨਾਲ ਸੰਬੰਧਿਤ ਅਹਿਮ ਜਾਣਕਾਰੀ ਸੰਖੇਪ ਵਿੱਚ ਪੜ੍ਹਾਂਗੇ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਈਸ਼ਵਰ ਚੰਦਰ ਨੰਦਾ ਬਾਰੇ। ਤੁਹਾਨੂੰ ਮੈਂ ਇੱਕ ਤਸਵੀਰ ਦੇ ਨਾਲ ਉਹਨਾਂ ਦੇ ਨਾਲ ਰੂਬਰੂ ਕਰਵਾਇਆ ਅਤੇ ਹੁਣ ਆਪਾਂ ਉਹਨਾਂ ਦੇ ਨਾਲ ਸੰਬੰਧਿਤ ਜੋ ਅਹਿਮ ਜਾਣਕਾਰੀ ਹੈ ਉਸ ਬਾਰੇ ਜਾਣਦੇ ਹਾਂ। ਈਸ਼ਵਰ ਚੰਦਰ ਨੰਦਾ ਦਾ ਜਨਮ ਦੀ ਗੱਲ ਕਰੀਏ ਤਾਂ ਇਹ 30 ਸਤੰਬਰ 1992 ਨੂੰ ਪਿੰਡ ਗਾਂਧੀਆ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ ਅਤੇ ਲਾਲਾ ਭਾਗਮਲ ਦੇ ਘਰ ਹੋਇਆ। ਬਚਪਨ ਵਿੱਚ ਹੀ ਇਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਦੇ ਉੱਪਰ ਕਾਫੀ ਜ਼ਿਆਦਾ ਜਿਹੜੇ ਆਰਥਿਕ ਕਸ਼ਟ ਜਿਹੜੇ ਆਉਂਦੇ ਆ ਅਤੇ ਇਹਨਾਂ ਨੇ ਕਾਫੀ ਗਰੀਬੀ ਦੇ ਦਿਨ ਜਿਹੜੇ ਦੇਖੇ ਹੈ, ਪਰ ਫਿਰ ਵੀ ਉਹ ਕਹਿੰਦੇ ਉਹਨਾਂ ਦੀ ਪੜ੍ਹਨ ਦੀ ਜਿਹੜੀ ਲਗਨ ਹੈ ਉਹ ਮੱਧਮ ਨਹੀਂ ਪਈ। ਉਹਨਾਂ ਨੇ ਆਪਣੀ ਪੜ੍ਹਾਈ ਕੰਟੀਨਿਊ ਰੱਖੀ ਹੈ ਅਤੇ ਦਿਆਲ ਸਿੰਘ ਕਾਲਜ ਲਾਹੌਰ ਵਿੱਚੋਂ ਉਹਨਾਂ ਨੇ BA ਓਨਰਸ ਅਤੇ ਫਿਰ ਅੰਗਰੇਜ਼ੀ ਦੀ MA ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚੋਂ ਜਿਹੜੀ ਅਵਲ ਰਹਿ ਕੇ ਪਾਸ ਕੀਤੀ ਹੈ, ਚੰਗੇ ਨੰਬਰਾਂ ਦੇ ਨਾਲ ਪਾਸ ਕੀਤੀ। ਫਿਰ ਉਹ ਦਿਆਲ ਸਿੰਘ ਕਾਲਜ ਵਿੱਚ ਹੀ ਉਹ ਅੰਗਰੇਜ਼ੀ ਦੇ ਲੈਕਚਰਾਰ ਵੀ ਅਹੁਦੇ 'ਤੇ ਕੰਮ ਕੀਤਾ ਉਹਨਾਂ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਪ੍ਰੋਫੈਸ਼ਨਲ ਬਾਰੇ ਜਿਹਦੇ ਵਿੱਚ ਉਹਨਾਂ ਦੀ ਨਾਟਕ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ।
ਇਹਨਾਂ ਦਾ ਜਿਹੜਾ ਸਮਾਂ ਕਾਲ ਹੈ ਉਹ 1892 ਤੋਂ 1965 ਦੇ ਦਰਮਿਆਨ ਹੈ। ਅਤੇ ਈਸ਼ਵਰ ਚੰਦਰ ਨੰਦਾ ਇੱਕ ਨਾਟਕਕਾਰ ਹੋਏ ਨੇ, ਬਹੁਤ ਹੀ ਪ੍ਰਸਿੱਧ ਨਾਟਕਕਾਰ ਹੋਏ ਨੇ। ਅਤੇ ਉਹਨਾਂ ਨੇ ਆਪਣੀਆਂ ਨਾਟ ਰਚਨਾਵਾਂ ਦੀ ਜਿਹੜੀ ਸਿਰਜਣਾ ਹੈ ਮੰਚ ਦ੍ਰਿਸ਼ਟੀ ਦੇ ਪੱਖ ਤੋਂ ਕੀਤੀ ਹੈ। ਅਤੇ ਉਹਨਾਂ ਨੇ ਨਾਟਕ ਦੇ ਖੇਤਰ ਵਿੱਚ ਯਥਾਰਥਵਾਦੀ ਲੀਹਾਂ ਦੀ ਉਸਾਰੀ ਕੀਤੀ ਹੈ। ਈਸ਼ਵਰ ਚੰਦਰ ਨੰਦਾ ਦੇ ਜੋ ਸਮਾਜਿਕ ਜੀਵਨ ਦੇ ਨਾਲ ਜਿਹੜੇ ਭਰਪੂਰ ਜਿਹੜੇ ਨਾਟਕ ਹੈ ਉਹਨਾਂ ਦੇ ਵਿਸ਼ੇ ਹੈ ਜਿਹੜੇ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਉਹਨਾਂ ਨੇ ਉਹਨਾਂ ਦੇ ਵਿੱਚ ਪੇਸ਼ ਕੀਤਾ ਹੈ। ਅਤੇ ਨਾਟਕਾਂ ਦਾ ਜਿਹੜਾ ਅੰਤ ਹੈ ਉਹ ਸੁਖਾਂਤਕ ਹੈ। ਅਤੇ ਜੇ ਸ਼ੈਕਸਪੀਰੀਅਰ ਦੇ ਨਾਟਕਾਂ ਦੇ ਰੋਮਾਂਟਿਕ ਸੁਖਾਂਤਕ ਅੰਤਾਂ ਤੋਂ ਉਹ ਬਹੁਤ ਪ੍ਰਭਾਵਿਤ ਸੀ, ਇੱਥੋਂ ਵੀ ਤੁਹਾਡਾ ਇੱਕ ਕੁਐਸਚਨ ਬਣ ਸਕਦਾ ਵੀ ਉਹ ਕਿਹਨਾਂ ਦੇ ਨਾਟਕਾਂ ਤੋਂ ਪ੍ਰਭਾਵਿਤ ਸੀ। ਅਤੇ ਆਧੁਨਿਕ ਪੰਜਾਬੀ ਨਾਟਕ ਦੇ ਰੰਗਮੰਚ ਦੇ ਮੋਢੀ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ। ਅਤੇ ਰੰਗਮੰਚੀ ਆਧੁਨਿਕ ਤਕਨੀਕ ਦੇ ਆਧਾਰ 'ਤੇ ਲਿਖੇ ਹੋਏ ਉਹਨਾਂ ਦੇ ਪਹਿਲੇ ਇਕਾਂਗੀ ਦੁਲਹਨ ਨੂੰ ਪੰਜਾਬੀ ਦਾ ਪਹਿਲਾ ਇਕਾਂਗੀ ਨਾਟਕ ਮੰਨਿਆ ਜਾਂਦਾ ਹੈ। ਸੋ ਇਹ ਸੀ ਜੀ ਬਹੁਤ ਹੀ ਅਹਿਮ ਜਾਣਕਾਰੀ ਈਸ਼ਵਰ ਚੰਦਰ ਨੰਦਾ ਜੀ ਬਾਰੇ। ਹੁਣ ਆਪਾਂ ਗੁਰਬਖਸ਼ ਸਿੰਘ ਪ੍ਰੀਤਲੜੀ ਬਾਰੇ ਪੜ੍ਹਦੇ ਹਾਂ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਿਹੜਾ ਸਮਾਂ ਕਾਲ ਹੈ 26 ਅਪ੍ਰੈਲ 1995 ਤੋਂ ਲੈ ਕੇ 1977। ਅਤੇ ਉਹ ਸਿਰਫ ਇਕੱਲੇ ਨਾਟਕਕਾਰ ਹੀ ਨਹੀਂ ਹੋਏ, ਉਹ ਇੱਕ ਸਫਲ ਕਹਾਣੀਕਾਰ ਵੀ ਹੋਏ ਨੇ, ਨਾਵਲਕਾਰ ਵੀ ਹੋਏ ਨੇ, ਵਾਰਤਕ ਲੇਖਕ ਵੀ ਹੋਏ ਨੇ ਅਤੇ ਸੰਪਾਦਕੀ ਦਾ ਵੀ ਉਹਨਾਂ ਨੇ ਕੰਮ ਕੀਤਾ ਹੈ। ਉਹਨਾਂ ਨੇ ਪੰਜਾਬੀ ਵਾਰਤਕ ਨੂੰ ਸਿਖਰ ਉੱਤੇ ਲਿਜਾਣ ਵਾਲੇ, ਆਪਾਂ ਸਭ ਤੋਂ ਵੱਧ ਵਾਰਤਕ ਰਚਨਾ ਵਾਲੇ ਲੇਖਕ ਵੀ ਕਿਹਾ ਜਾਂਦਾ ਹੈ। ਅਤੇ ਗੁਰਬਖਸ਼ ਸਿੰਘ ਨੇ 50 ਤੋਂ ਵੱਧ ਕਿਤਾਬਾਂ ਦੀ ਜਿਹੜੀ ਰਚਨਾ ਕੀਤੀ ਹੈ। ਸੋ ਇੱਥੋਂ ਤੁਹਾਡੇ 2 ਜਾਂ 3 ਕੁਐਸਚਨ ਜਿਹੜੇ ਆਰਾਮ ਨਾਲ ਹੀ ਬਣ ਗਏ ਹੈ ਕਿ ਉਹਨਾਂ ਨੇ ਕਿੰਨੀਆਂ ਕਿਤਾਬਾਂ ਦੀ ਰਚਨਾ ਕੀਤੀ ਹੈ ਅਤੇ ਸਭ ਤੋਂ ਵੱਧ ਵਾਰਤਕ ਰਚਨਾ ਨੂੰ ਉੱਪਰ ਤੱਕ ਲੈ ਕੇ ਜਾਣ ਵਾਲੇ ਵੀ ਉਹ ਮੋਢੀ ਰਹੇ ਨੇ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਇਕੱਲਾ ਨਾਟਕ 'ਤੇ ਕੰਮ ਹੀ ਨਹੀਂ ਕੀਤਾ, ਉਹਨਾਂ ਨੇ ਹੋਰ ਵੀ ਵੱਖਰੀਆਂ ਵੱਖਰੀਆਂ ਜਿਵੇਂ ਨਾਵਲਾਂ ਦੇ ਉੱਪਰ, ਵਾਰਤਕ ਦੇ ਅਤੇ ਕਹਾਣੀਆਂ ਦੇ ਵਿੱਚ ਅਤੇ ਸੰਪਾਦਕੀ ਦੇ ਵਿੱਚ ਵੀ ਕੰਮ ਕੀਤਾ। ਹੁਣ ਆਪਾਂ ਉਹਨਾਂ ਨੂੰ ਜੋ ਸਨਮਾਨ ਮਿਲੇ ਨੇ ਉਹਨਾਂ ਦੀ ਗੱਲ ਕਰਦੇ ਹਾਂ। ਭਾਸ਼ਾ ਵਿਭਾਗ ਪੰਜਾਬ ਵਰ੍ਹੇ ਦੇ ਇਤਿਹਾਸਕਾਰ ਦਾ ਜਿਹੜਾ ਪੁਰਸਕਾਰ ਉਹਨਾਂ ਨੂੰ ਪ੍ਰਾਪਤ ਹੋਇਆ। ਭਾਸ਼ਾ ਵਿਭਾਗ ਪੰਜਾਬ ਵੱਲੋਂ 3 ਵਾਰ ਪਹਿਲਾ ਸਾਹਿਤਕ ਇਨਾਮ ਉਹਨਾਂ ਨੂੰ ਪ੍ਰਾਪਤ ਹੋਇਆ। ਅਭਿਨੰਦਨ ਗ੍ਰੰਥ 1977 ਦੇ ਵਿੱਚ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਗੋਰਕੀ ਦੇ ਨਾਵਲ ਮਾਂ ਦੇ ਅਨੁਵਾਦ ਲਈ ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਮਤਲਬ ਇਹ ਤੁਹਾਨੂੰ 2 ਤਰ੍ਹਾਂ ਦਾ ਕੁਐਸਚਨ ਬਣ ਗਿਆ ਕਿ ਇੱਕ ਤਾਂ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਪ੍ਰਾਪਤ ਹੈ, ਕਿਹੜੇ ਨਾਵਲ ਦਾ ਅਨੁਵਾਦ ਕੀਤਾ ਸੀ ਇਹਨਾਂ ਨੇ? ਗੋਰਕੀ ਦੇ ਨਾਵਲ ਦਾ, ਮਾਂ ਦਾ। ਪ੍ਰਧਾਨਗੀ ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿਹੜਾ ਇਹਨਾਂ ਨੂੰ ਪੰਜਾਬ ਵੱਲੋਂ ਪ੍ਰਾਪਤ ਹੈ। ਮੈਂਬਰੀ ਪੰਜਾਬੀ ਸਲਾਹਕਾਰ ਕਮੇਟੀ ਸਾਹਿਤਕ ਅਕਾਦਮੀ ਦਿੱਲੀ ਵੱਲੋਂ, ਮੈਂਬਰੀ ਜਨਰਲ ਕੌਂਸਲ ਸਾਹਿਤ ਅਕਾਦਮੀ ਦਿੱਲੀ ਵੱਲੋਂ, ਮੀਤ ਪ੍ਰਧਾਨਗੀ ਆਲ ਇੰਡੀਆ ਪੀਸ ਕੌਂਸਲ ਦੇ ਇਹ ਰਹੇ ਨੇ, ਮੈਂਬਰੀ ਸੰਸਾਰ ਅਮਨ ਕੌਂਸਲ। ਸੋ ਇਹ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਪ੍ਰਾਪਤੀਆਂ ਦੀ ਜਿਹੜੀ ਆਪਾਂ ਗੱਲ ਕੀਤੀ ਹੈ। ਸੋ ਅਗਲੇ ਆਪਾਂ ਨਾਟਕਕਾਰ ਡਾਕਟਰ ਹਰਚਰਨ ਸਿੰਘ ਦੀ ਗੱਲ ਕਰਦੇ ਹਾਂ। ਹਰਚਰਨ ਸਿੰਘ ਦਾ ਜਨਮ 1915-576 ਨੇੜੇ ਨਨਕਾਣਾ ਸਾਹਿਬ ਵਿਖੇ ਹੋਇਆ। ਤੁਸੀਂ ਨੋਟ ਕਰ ਸਕਦੇ ਹੋ 1915 ਦੇ ਵਿੱਚ। ਕਿਰਪਾ ਸਿੰਘ ਅਤੇ ਸ਼੍ਰੀਮਤੀ ਰੱਖੀ ਕੌਰ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਹੈ, ਤੁਸੀਂ ਨੋਟ ਕਰ ਲਓ, ਸਕਰੀਨਸ਼ੋਟ ਲੈ ਕੇ ਆਪਣੇ ਨੋਟਸ ਬਣਾ ਸਕਦੇ ਹੋ। ਉੱਥੇ ਪੜ੍ਹਾਈ ਦਾ ਵਧੀਆ ਪ੍ਰਬੰਧ ਨਾ ਹੋਣ ਕਰਕੇ ਇਹਨਾਂ ਨੇ ਜਲੰਧਰ ਦੇ ਵਿੱਚ ਜੱਦੀ ਪਿੰਡ ਔੜਾਪੁਰ ਪੜ੍ਹਨ ਲਈ ਇਹਨਾਂ ਨੂੰ ਭੇਜ ਦਿੱਤਾ ਗਿਆ ਸੀ। ਪਿੰਡ ਵਿੱਚ ਉਹ ਆਪਣੀ ਇਹ ਵਿਧਵਾ ਭੂਆ ਕੋਲ ਰਹੇ ਹੈ ਅਤੇ ਉਹਨਾਂ ਦੇ ਪਿਤਾ ਜੀ ਨੇ ਪਹਿਲਾਂ ਮਲਾਇਆ ਵਿੱਚ ਰਹਿੰਦੇ ਸਨ,
ਫਿਰ ਇਹਨਾਂ ਨੇ 1921 ਦੇ ਵਿੱਚ ਨਨਕਾਣਾ ਸਾਹਿਬ ਇਹ ਫਿਰ ਵਾਪਸ ਆ ਗਏ ਅਤੇ ਬਾਰ ਮਤਲਬ ਇਹ ਪਾਕਿਸਤਾਨ ਦੀ ਗੱਲ ਹੀ ਕਰ ਰਹੇ ਹਾਂ ਕਿਉਂਕਿ 1947 ਤੋਂ ਪਹਿਲਾਂ ਦੀ ਗੱਲ ਹੈ ਇਹ ਵਿੱਚ 2 ਮਰੱਬੇ ਜ਼ਮੀਨ ਲੈ ਲਈ ਅਤੇ ਇਹਨਾਂ ਦੇ ਨਾਨਕੇ ਰਾਜਧਾਰੀਏ ਸਨ ਅਤੇ ਇਹਨਾਂ ਦੇ ਬਜ਼ੁਰਗ ਵੀ ਸਾਰੇ ਪਹਿਲਾਂ ਰਾਜਧਾਰੀਏ ਹੀ ਸਨ। ਇਹਨਾਂ ਦੀ ਦਾਦੀ ਰੱਜੀ ਕੌਰ ਨੇ ਪਹਿਲਾਂ ਉਹਨਾਂ ਦੇ ਬਾਬੇ ਨੂੰ ਸਿੰਘ ਸਜਾਇਆ ਅਤੇ ਫਿਰ ਪਿਤਾ ਨੂੰ। ਇਸ ਤਰ੍ਹਾਂ ਇਹਨਾਂ ਦਾ ਪੂਰਾ ਜਿਹੜਾ ਪਰਿਵਾਰ ਹੈ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲਾ ਹੋ ਗਿਆ। ਪਹਿਲਾਂ ਇਹ ਰਾਜਧਾਰੀਏ ਸੀਗੇ, ਇਸ ਤੋਂ ਬਾਅਦ ਇਹ ਸਾਰਾ ਪਰਿਵਾਰ ਹੈ ਸਿੱਖੀ ਪਰਿਵਾਰ ਦੇ ਨਾਲ ਜਿਹੜਾ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤਾਂ ਵਾਲਾ ਬਣ ਗਿਆ। ਹੁਣ ਇਹਨਾਂ ਦੇ ਸਨਮਾਨ ਦੀ ਆਪਾਂ ਗੱਲ ਕਰਦੇ ਹਾਂ। ਪੰਜਾਬ ਸਮੀਖਿਆ ਬੋਰਡ ਨਵੀਂ ਦਿੱਲੀ ਵੱਲੋਂ ਇਹ ਸਨਮਾਨਿਤ ਹੋਏ 1962 ਦੇ ਵਿੱਚ। ਪੰਜਾਬੀ ਸਾਹਿਤ ਸਦਨ ਚੰਡੀਗੜ੍ਹ ਵੱਲੋਂ ਰੋਲ ਆਫ ਆਨਰ ਦਾ ਜਿਹੜਾ ਇਹਨਾਂ ਨੂੰ ਪ੍ਰਾਪਤ ਹੋਇਆ ਸਨਮਾਨ। ਅੱਜ ਕੱਲ੍ਹ ਅਤੇ ਭਲਕ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ 1973। ਇਟਸ ਵੈਰੀ ਇੰਪੋਰਟੈਂਟ, ਇਹ ਅਕਸਰ ਪੁੱਛਿਆ ਜਾਂਦਾ ਤੁਹਾਨੂੰ ਮਾਸਟਰ ਕੇਡਰ ਦੇ ਵਿੱਚ। ਅੱਜ ਕੱਲ੍ਹ ਅਤੇ ਭਲਕ ਇਹ ਇਹਨਾਂ ਦਾ ਜਿਹੜਾ ਰਚਨਾ ਹੈ ਇਹਨੂੰ 1973 ਦੇ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤ ਸ਼੍ਰੋਮਣੀ ਸਨਮਾਨ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਫੈਲੋਸ਼ਿਪ ਜਿਹੜੀ ਇਹਨਾਂ ਨੂੰ ਮਿਲੀ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਕਨੇਡਾ ਇੰਡੋ ਕਨੇਡੀਅਨ ਐਸੋਸੀਏਸ਼ਨ ਵੈਨਕੂਵਰ ਵੱਲੋਂ ਵੀ ਇਹ ਸਨਮਾਨਿਤ ਹੋਏ ਆ। ਪੰਜਾਬੀ ਸੱਭਿਆਚਾਰ ਮਾਮਲੇ ਵਿਭਾਗ ਵੱਲੋਂ ਸਨਮਾਨਿਤ ਹੋਏ ਆ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਰਬ ਸ੍ਰੇਸ਼ਟ ਸਾਹਿਤਕਾਰ ਪੁਰਸਕਾਰ ਇਹਨਾਂ ਨੂੰ ਪ੍ਰਾਪਤ ਹੋਇਆ। ਨੈਕਸਟ ਨਾਟਕਕਾਰ ਬਹੁਤ ਹੀ ਇੰਪੋਰਟੈਂਟ, ਸੰਤ ਸਿੰਘ ਸੇਖੋਂ ਬਾਰੇ ਆਪਾਂ ਜਾਣਾਂਗੇ। ਸੰਤ ਸਿੰਘ ਸੇਖੋਂ 1908 ਤੋਂ ਲੈ ਕੇ 1997 ਤੱਕ ਦਾ ਜਿਹੜਾ ਇਹਨਾਂ ਦਾ ਸਮਾਂ ਕਾਲ ਹੈ। ਪੰਜਾਬੀ ਸਾਹਿਤ ਨਾਲ ਜੁੜੇ ਇੱਕ ਭਾਰਤੀ ਨਾਟਕਕਾਰ ਅਤੇ ਗਲਪ ਲੇਖਕ ਹਨ। ਉਹ ਭਾਰਤੀ ਲੇਖਕਾਂ ਦੀ ਪੀੜ੍ਹੀ ਦਾ ਹਿੱਸਾ ਹੈ ਜੋ ਵੰਡ ਦੇ ਦੁਖਾਂਤ ਤੋਂ ਬਾਅਦ ਦੁਖੀ ਭਾਰਤ ਨੂੰ ਇੱਕ ਆਜ਼ਾਦ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਨਿਸ਼ਾਨਦੇਹੀ ਕਰਦਾ ਹੈ। ਸੋ ਸੰਤ ਸਿੰਘ ਸੇਖੋਂ ਬਾਰੇ ਆਪਾਂ ਜਾਣਦੇ ਹਾਂ, ਉਹਨਾਂ ਦੇ ਜਿਹੜੇ ਸਨਮਾਨ ਅਕਸਰ ਸਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਸੰਤ ਸਿੰਘ ਸੇਖੋਂ ਨੂੰ ਸਮੇਂ-ਸਮੇਂ ਦੇ ਵਿਭਿੰਨ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਪੰਜਾਬੀ ਲੇਖਕ ਪੰਜਾਬ ਸਰਕਾਰ ਵੱਲੋਂ 1965 ਦੇ ਵਿੱਚ। ਅੱਗੇ ਬਹੁਤ ਇੰਪੋਰਟੈਂਟ ਜਿਹੜਾ ਸਨਮਾਨ ਹੈ ਮੈਂ ਤੁਹਾਨੂੰ ਦੱਸਾਂਗੀ, ਇਹਨੂੰ ਨੋਟ ਕਰ ਲਓ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਟਕ ਮਿੱਤਰ ਪਿਆਰੇ ਲਈ 1972 ਵਿੱਚ ਨਵੀਂ ਦਿੱਲੀ ਵੱਲੋਂ। ਇਹ ਤੁਸੀਂ ਸਪੈਸ਼ਲ ਨੋਟ ਕਰ ਲਓ ਕਿਉਂਕਿ ਪੇਪਰ ਦੇ ਵਿੱਚ ਅਕਸਰ ਇਹ ਆ ਜਾਂਦਾ ਹੈ, ਨਾਟਕ ਮਿੱਤਰ ਪਿਆਰੇ ਨੂੰ 1972 ਦੇ ਵਿੱਚ। ਪਦਮ ਸ਼੍ਰੀ ਭਾਰਤ ਸਰਕਾਰ ਵੱਲੋਂ 1987 ਦੇ ਵਿੱਚ ਇਹਨਾਂ ਨੂੰ ਪ੍ਰਾਪਤ ਹੋਇਆ। ਭਾਰਤੀ ਪ੍ਰੀਸ਼ਦ ਪੁਰਸਕਾਰ ਕਲਕੱਤਾ 1999 ਦੇ ਵਿੱਚ। ਡੀਲਿਟ ਦੀ ਆਨਰੇਰੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ 1991 ਦੇ ਵਿੱਚ ਇਹਨਾਂ ਨੂੰ ਪ੍ਰਾਪਤ ਹੋਈ ਹੈ। ਲਾਈਫ ਫੈਲੋਸ਼ਿਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਪ੍ਰੋਫੈਸਰ ਆਫ ਐਮੀਨੈਸ ਰਹੇ ਆ ਇਹ। ਪ੍ਰੋਫੈਸਰ ਐਮੀਰੇਟਿਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ। ਫੈਲੋਸ਼ਿਪ ਇਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ ਇਹਨਾਂ ਦਾ ਜਿਹੜਾ ਯੋਗਦਾਨ ਹੈ। ਆਪਣੇ ਜੀਵਨ ਕਾਲ ਵਿੱਚ ਇਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਦੇ ਜਨਰਲ ਕੌਂਸਲ ਦੇ ਮੈਂਬਰ ਰਹੇ ਨੇ। ਕੇਂਦਰੀ ਪੰਜਾਬੀ ਸਭਾ 1984 ਤੋਂ 97 ਤੱਕ ਇਹ ਪ੍ਰਧਾਨ ਰਹਿਣ ਤੋਂ ਬਿਨਾਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਵੀ ਮੀਤ ਪ੍ਰਧਾਨ ਇਹ ਰਹੇ ਹੈ। ਸੋ ਇਹਨਾਂ ਨੂੰ ਤੁਸੀਂ ਯਾਦ ਰੱਖ ਲਓ, ਆਪਾਂ ਫਿਰ ਇੱਕ ਰਿਵਾਈਜ਼ ਕਰ ਲੈਂਦੇ ਹਾਂ। 1908 ਤੋਂ 1997 ਤੱਕ ਦਾ ਇਹਨਾਂ ਦਾ ਸਮਾਂ ਕਾਲ ਹੈ। ਜਿਹੜਾ ਇੰਪੋਰਟੈਂਟ ਹੈ ਤੁਹਾਡੇ ਲਈ, 1972 ਦੇ ਵਿੱਚ ਇਹਨਾਂ ਨੂੰ ਸਾਹਿਤਕ ਅਕਾਦਮੀ ਪੁਰਸਕਾਰ ਮਿਲਿਆ। ਪਦਮ ਸ਼੍ਰੀ ਇਹਨਾਂ ਨੂੰ 1900
87 ਦੇ ਵਿੱਚ ਮਿਲਿਆ। ਬਾਕੀ ਤੁਸੀਂ ਜਿਹੜੇ ਹੋਰ ਵੀ ਹੈ ਇੰਪੋਰਟੈਂਟ ਹੈ ਇਹ ਵੀ ਇੱਕ ਵਾਰ ਰਿਵਾਈਜ਼ ਕਰ ਲੈਣਾ। ਹੁਣ ਆਪਾਂ ਬਲਵੰਤ ਗਾਰਗੀ ਜੀ ਬਾਰੇ ਪੜ੍ਹਾਂਗੇ, ਜਿਨ੍ਹਾਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਪੰਜਾਬੀ ਨਾਟਕ ਖੇਤਰ ਦੇ ਵਿੱਚ। ਬਲਵੰਤ ਗਾਰਗੀ ਜੀ ਦਾ ਜਿਹੜਾ ਜਨਮ ਹੈ ਕਸਬਾ ਸ਼ਹਿਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹਨਾਂ ਦਾ ਜਿਹੜਾ ਜਨਮ ਹੋਇਆ ਹੈ, ਸੈਨਾ ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ। ਇਹਨਾਂ ਦੇ ਪਿਤਾ ਦਾ ਨਾਮ ਸੀ ਸ਼ਿਵ ਚੰਦ ਅਤੇ ਇਹਨਾਂ ਨੇ FC ਕਾਲਜ ਲਾਹੌਰ ਤੋਂ ਜੋ ਰਾਜਨੀਤਿਕ ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੀ MA ਕੀਤੀ ਸੀ। ਇਹਨਾਂ ਦਾ ਜਿਹੜਾ ਜੀਵਨ ਹੈ ਇੱਕ ਸੁਤੰਤਰ ਲੇਖਕ ਵਾਲਾ ਸੀ, ਨਾਟਕਕਾਰ ਵਾਲਾ ਸੀ, ਨਿਰਦੇਸ਼ਕ ਸੀਗੇ ਅਤੇ ਪੱਤਰਕਾਰੀ ਦਾ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ। ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤਨਗਰ ਰਹਿੰਦਿਆਂ ਉਹਨਾਂ ਦੀ ਨਾਟਕੀ ਪ੍ਰਤਿਭਾ ਜਿਹੜੀ ਪ੍ਰਫੁੱਲਿਤ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਇਹਨਾਂ ਦੇ ਉੱਪਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਕਾਫੀ ਜਿਹੜਾ ਪ੍ਰਭਾਵ ਹੈ ਅਤੇ ਇਹਨਾਂ ਨੇ ਰੇਡੀਓ ਅਤੇ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿੱਚ ਅਮਰੀਕਾ ਜਾ ਕੇ ਜਦੋਂ ਇਹ ਸੈਟਲ ਹੋ ਗਏ ਸੀ ਤਾਂ ਇਹ ਥੀਏਟਰ ਦੇ ਵੀ ਅਧਿਆਪਕ ਰਹੇ ਸੀਐਂਟਲ ਵਿੱਚ ਥੀਏਟਰ ਦਾ ਜਿਹੜਾ ਅਧਿਆਪਕ ਰਹੇ ਹੈ। ਉੱਥੇ ਹੀ 11 ਜੂਨ 1966 ਵਿੱਚ ਅਮਰੀਕਨ ਕੁੜੀ ਜੀਨੀ ਨਾਲ ਇਹਨਾਂ ਨੇ ਵਿਆਹ ਕਰਵਾ ਲਿਆ ਸੀ ਅਤੇ ਭਾਰਤ ਦੇ ਇਲਾਵਾ ਇਹਨਾਂ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਅਤੇ ਅਮਰੀਕਾ ਵਿੱਚ ਵੀ ਜਿਹੜਾ ਇਹਨਾਂ ਨੇ ਖੇਡੇ ਨੇ। ਇਹਨਾਂ ਦੇ ਨਾਟਕ ਹੈ ਜਿਹੜੇ ਉਹ ਜ਼ਿਆਦਾ ਖੇਡੇ ਗਏ ਨੇ, ਜਿਵੇਂ ਤਾਰਾ ਟੁੱਟਿਆ 1942, ਲੋਹਾ ਕੁੱਟ 1944, ਸ਼ੈਲ ਪੱਥਰ 1949, ਬਿਸਵੇਦਾਰ 1948, ਕੇਸਰੋ 1952, ਨਵਾਂ ਮੁੱਢ 1949, ਘੁੱਗੀ 1950, ਸੋਹਣੀ ਮਹੀਵਾਲ 1956, ਕਣਕ ਦੀ ਬੱਲੀ ਇਟਸ ਵੈਰੀ ਇੰਪੋਰਟੈਂਟ 1954, ਧੂਣੀ ਦੀ ਅੱਗ 1968। ਸਾਰੀ ਬਹੁਤ ਇੰਪੋਰਟੈਂਟ ਹੈ। ਲੋਹ ਕੁੱਟ 1944, ਤੁਸੀਂ ਇਹਨਾਂ ਦੀਆਂ ਡੇਟਸ ਵੈਸੇ ਤਾਂ ਇਹ ਸੀਕੁਐਂਸ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਬਟ ਇੱਕ ਦੋ ਅੱਗੇ ਪਿੱਛੇ ਹੋ ਜਾਂਦੀ ਹੈ ਤਾਂ ਤੁਸੀਂ ਇਹਦਾ ਟੇਬਲ ਬਣਾ ਕੇ ਯਾਦ ਕਰ ਸਕਦੇ ਹੋ। ਸੋ ਹਰ ਤਰ੍ਹਾਂ ਦੀ ਪੰਜਾਬੀ ਸਾਹਿਤ ਜੋ ਮਾਸਟਰ ਕਿੱਡ ਅਤੇ ਲਿਟਰੇਚਰ ਦੇ ਬੱਚਿਆਂ ਦਾ ਸਿਲੇਬਸ ਹੈ, MA ਵਾਲਿਆਂ ਦਾ ਸਿਲੇਬਸ ਹੈ, ਉਹ ਸਾਰਾ ਵਿਆਖਿਆ ਉਹਦੀ ਅਸੀਂ ਐਕਸਪਲੇਨੇਸ਼ਨ ਤੁਹਾਡੇ ਨਾਲ ਕਰਦੇ ਰਹਾਂਗੇ। ਅਤੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਅਤੇ ਪਲੇਲਿਸਟ ਦੇ ਵਿੱਚ ਤੁਸੀਂ ਹਰ ਤਰ੍ਹਾਂ ਦੀ ਵੀਡੀਓ ਪ੍ਰਾਪਤ ਕਰ ਸਕਦੇ ਹੋ। ਧੰਨਵਾਦ ਜੀ।